ਗੱਲ ਕਰਾਂਗੇ ਡਾਕਟਰ ਸਵੇਮਾਨ ਦੇ ਬਾਰੇ ਡਾਕਟਰ ਸਵੇਮਾਨ ਜੋ ਕਿਸਾਨੀ ਸੰਘਰਸ਼ ਦਾ अहम ਹਿੱਸਾ ਰਹਿਨੇ ਵੱਡਾ ਯੋਗਦਾਨ ਉਹਨਾਂ ਦੇ ਵੱਲੋਂ ਕਿਸਾਨੀ ਸੰਘਰਸ਼ ਦੇ ਦੌਰਾਨ ਹੁਣ ਤੱਕ ਦਿੱਤਾ ਗਿਆ ਹੈ ਦੱਸ ਦਿੰਦੇ ਆ ਕਿ ਹੁਣ ਡਾਕਟਰ ਸਵੇਮਾਨ ਯੂਕਰੇਨ ਪਹੁੰਚੇ ਹੋਏ ਨੇ ਲੋਕਾਂ ਦੀ ਮਦਦ ਦੇ ਲਈ ਲੋਕਾਂ ਦੀ ਸੇਵਾ ਕਰਨ ਵਾਲਾ ਇੱਕ ਚਿਹਰਾ ਕਿਹਾ ਜਾ ਸਕਦਾ ਹੈ ਡਾਕਟਰ ਸਵੇਮਾਨ ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਸੰਯੁਕਤ ਸਮਾਜ ਮੋਰਚਾ ਦੇ ਲਈ ਉਹਨਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ ਚੋਣ ਨਤੀਜਿਆਂ ਤੋਂ ਬਾਅਦ ਯੂਕਰੇਨ ਗਏ ਹੋਏ ਡਾਕਟਰ ਸਵੇਮਾਨ ਦੇ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿੱਥੇ ਇੱਕ ਪਾਸੇ ਆਦਮੀ ਪਾਰਟੀ ਨੂੰ ਵਧਾਈ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਖਿਲਾਫ ਪੋਸਟਾਂ ਪਾਉਣ ਵਾਲਿਆਂ ਦੇ ਲਈ ਇੱਕ ਖਾਸ ਸੁਨੇਹਾ ਡਾਕਟਰ ਸੁਵੈਮਾਨ ਦੇ ਵੱਲੋਂ ਦਿੱਤਾ ਗਿਆ ਕੀ ਕਹਿਣਾ ਸੀ ਡਾਕਟਰ ਸੁਵੈਮਾਨ ਦਾ ਇਸ ਮੌਕੇ ਆਉ ਦਿਖਾਉਂਦੇ ਆ ਤੁਹਾਨੂੰ ਆ ਵਾਸ਼ਵਾ ਦੇ ਹਾ ਵਾਸ਼ਵਾ ਪੋਲਨ ਦੇ ਗੁਰੂ ਘਰ ਚ ਬੈਠੇ ਆ ਕਾਫੀ ਸੇਵਾ ਇਹ ਗੁਰੂ ਘਰ ਤੋਂ ਹੋਈ ਸੀ ਤੁਸੀਂ ਸਾਰੀਆਂ ਵੀਡੀਓਜ਼ ਵੇਖੀਆਂ ਹੋਣੀਆਂ ਵੀਡੀਓ ਬਣਾਉਣ ਦਾ ਰੀਜ਼ਨ ਸੀ ਲਕਸ਼ਣਾ ਪੰਜਾਬ ਦੀਆਂ ਲਕਸ਼ਣਾ ਬਿਲਕੁਲ ਅਸੀਂ ਮੁਬਾਰਕ ਪਾਰਕ ਦਿੰਨੇ ਆ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਉਹਨਾਂ ਦੇ ਸਾਰੇ ਜਿਹੜਾ ਕੈਡਰ ਜਿਨ੍ਹਾਂ ਨੇ ਮਿਹਨਤ ਕੀਤੀ ਪਿਛਲੇ 12-13 ਸਾਲਾਂ ਤੋਂ ਲੱਗੇ ਆ ਤੇ ਆਈ ਥਿੰਕ ਵੱਡੀ ਓਪਰਚੁਨਿਟੀ ਆ ਉਹਨਾਂ ਦੇ ਲਈ ਵਾਅਦੇ ਕੀਤੇ ਗਏ ਸੀ ਐਜੂਕੇਸ਼ਨ ਤੇ ਹੈਲਥ ਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਸੋ ਅਸੀਂ ਹੋਪ ਕਰਦੇ ਆ ਔਰ ਹਰ ਦਮ ਹਰ ਇੱਕ ਪੰਜਾਬੀ ਨੂੰ ਅਪੀਲ ਕਰਦੇ ਆ ਕਿ ਆਪਣਾ ਫਰਜ਼ ਬੰਦਾ ਕਿ ਆਪਾਂ ਸਪੋਰਟ ਕਰੀਏ ਜਿੱਥੇ ਪਾਰਟੀ ਸਹਿਯੋਗੀ ਆਪਾਂ ਉਥੇ ਸਪੋਰਟ ਕਰੀਏ ਜੇ ਕਦੀ ਕੋਈ ਤੇ ਗੋਈ ਗਲਤੀ ਕਰਦਾ ਛੋਟੀਆਂ-ਮੋਟੀਆਂ ਗਲਤੀਆਂ ਵੀ ਮaaf ਕਰੀਏ ਔਰ ਜੇ ਕੋਈ ਵੱਡੀ ਗਲਤੀ ਕਰਦੇ ਆ ਤੇ ਫਿਰ ਉਹਨਾਂ ਨੂੰ ਪ੍ਰੈਸ਼ਰ ਗਰੁੱਪ ਦੇ ਵਾਂਗੂ ਕੰਮ ਕਰੀਏ ਜਿੱਦਾਂ ਆਪਾਂ ਗੱਲ ਕਰਦੇ ਆ ਔਰ ਮੈਂ ਬਾਕੀ ਜਿਹੜੇ ਆਪਣੇ ਯੰਗ ਕੈਂਡੀਡੇਟਸ ਨੇ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਖੜੇ ਸੀ ਖਾਸ ਕਰਕੇ ਆਪਣੇ ਕੰਮਕਾਰ ਛੱਡ ਕੇ ਮਹਿੰਗੀਆਂ jobਾਂ ਛੱਡ ਕੇ ਆਪਣਾ ਸਭ ਕੁਝ ਵਾਰ ਕੀ ਕਹ ਲੋ ਪੰਜਾਬ ਦੇ ਲਈ ਕਿ ਅਸੀਂ ਚੰਗੀ ਸੋਚ ਦੇ ਨਾਲ ਆਂਦੇ ਸੀ ਕਿ ਅਸੀਂ ਖੜੇ ਹੋਣੇ ਆ ਕਿ ਪੰਜਾਬ ਦੇ ਜਿਹੜਾ ਹੱਕ ਆ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦੀ ਜਿਹੜੀ ਪਨੀਰੀ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦਾ ਜਿਹੜਾ ਫਿਊਚਰ ਆ ਉਹਨੂੰ ਬਚਾਉਣਾ ਚਾਹੁੰਦੇ ਆ ਸੋ ਉਹਨਾਂ ਬੱਚਿਆਂ ਨੂੰ ਮੈਂ ਇਹੋ ਹੀ ਕਹੂੰਗਾ ਕਿ ਤੁਸੀਂ ਆਪਣਾ ਦਿਲ ਨਾ ਹਾਰਿਓ ਤੁਸੀਂ ਲੜਾਈ ਲੜਨ ਆਏ ਸੀ ਕੱਲੀ ਇਲੈਕਸ਼ਨਾਂ ਤੱਕ ਲੜਾਈ ਨਹੀਂ ਆ ਉਹ ਕੰਮ ਜਿਹੜੇ ਤੁਸੀਂ ਇੱਕ ਐਮਐਲਏ ਬਣ ਕੇ ਕਰਨਾ ਚਾਹੁੰਦੇ ਸੀ ਤੁਸੀਂ ਇੱਕ ਆਮ ਇਨਸਾਨ ਵਾਂਗੂ ਵੀ ਕਰ ਸਕਦੇ ਹੋ ਸੋ ਕੰਮ ਜਾਰੀ ਰੱਖੋ ਪੰਜਾਬ ਦੀ ਲੜਾਈ ਆ ਲੰਬੀ ਲੜਾਈ ਆ ਔਰ ਦਿਲ ਨਾ ਹਾਰਿਓ ਮੈਨੂੰ ਪਤਾ ਪੋਸਟਾਂ ਪਾਸਟਾਂ ਪੈਂਦੀਆਂ ਵਾਂ ਸਿੱਧੂ ਮੂਸੇਵਾਲੇ ਵਾਲੇ ਵਿਚਾਰੇ ਬਾਰੇ ਕਾਫੀ ਪੋਸਟਾਂ ਪੈ ਰਹੀਆਂ ਸਵੇਰ ਤੋਂ ਪਰ ਮੈਂ ਕਹੂੰਗਾ ਕਿ ਇਹ ਮਾੜੀ ਗੱਲ ਹੁੰਦੀ ਆ ਜੇ ਕੋਈ ਇਦਾਂ ਕਿਸੇ ਬਾਰੇ ਤੁਸੀਂ ਕਿਸੇ ਨੂੰ ਭੰਡਦੇ ਹੋ ਜਸਟ ਬਿਕੋਜ਼ ਉਹ ਤੁਹਾਡੇ ਲਈ ਖਲੋਣ ਆਇਆ ਸੀ ਤੇ ਕੱਲ ਤੁਹਾਡੇ ਲਈ ਕਿਸੇ ਨੇ ਖਲੋਣਾ ਨਹੀਂ ਸੋ ਆਈ ਥਿੰਕ ਠੀਕ ਆ ਜੇ ਸਿੱਧੂ ਹਾਰ ਵੀ ਗਿਆ ਤੇ ਹਾਰ ਜਿੱਤ ਹੁੰਦੀ ਰਹਿੰਦੀ ਯਾਦ ਰੱਖਿਓ ਕਿ ਭਗਵੰਤ ਮਾਨ ਜਦੋਂ ਭਗਵੰਤ ਮਾਨ ਜੀ ਪਹਿਲੀ ਵਾਰੀ ਖਲੋਤੇ ਸੀ ਉਹਨਾਂ ਦੀ ਵੀ ਜਮਾਨ ਚ ਜਗਤ ਹੋਈ ਸੀ ਸੋ ਇਦਾਂ ਕਿਸੇ ਨੂੰ ਭੰਡਣ ਦੀ ਬਜਾਏ ਆਪਾਂ ਸਭ ਕੋ ਇੱਕ ਦੂਜ ਨੂੰ ਹੌਸਲਾ ਦਈਏ ਕਿ ਜਿਹੜੇ ਕੈਂਡੀਡੇਟ ਹਾਰ ਵੀ ਗਏ ਨੇ ਅਸੀਂ ਉਹਨਾਂ ਦੇ ਨਾਲ ਹਰਦਮ ਖਲੋਤੇ ਆਂ ਔਰ ਸਿੱਧੂ ਬੁਈ ਬਾਈ ਨੂੰ ਵੀ ਇਹੋ ਗੱਲ ਕਰਦੇ ਆਂ ਕਿ ਭਾਈ ਇਲੈਕਸ਼ਨਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਤੁਸੀਂ ਵਾਕੀਏ ਪੰਜਾਬ ਦਾ ਭਲਾ ਚ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਨਾਲ ਖਲੋਤੇ ਆਂ ਭਾਵੇਂ ਕੋਈ ਪਾਵਰ ਚਾ ਭਾਵੇਂ ਪਾਵਰ ਤੋਂ ਬਾਹਰ ਆ ਅਗੇਨ ਆਮ ਆਦਮੀ ਪਾਰਟੀ ਨੂੰ ਔਰ ਜਿੰਨੇ ਵੀ ਕੈਂਡੀਡੇਟ ਆ ਕੁਈ ਬਾਕੀ ਪਾਰਟੀਆਂ ਚੋਂ ਵੀ ਸੁਖਪਾਲ ਸਿੰਘ ਖਹਿਰਾ ਜੀ ਜਾਂ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਆਂਦੇ ਕੀ ਵਧੀਆ ਕੰਮ ਕੀਤਾ ਮਨਪ੍ਰੀਤ ਅਲੀ ਭਾਵੇਂ ਅਕਾਲੀ ਦਲ ਤੋਂ ਸੋ ਭਾਵੇਂ ਆਮ ਆਦਮੀ ਪਾਰਟੀ ਦੇ ਜਿੱਤੇ ਆ ਭਾਵੇਂ ਕਾਲੀਆਂ ਦਾ ਕੋਈ ਜਿੱਤੇ ਆ ਜਾਂ ਕਾਂਗਰਸ ਦੇ ਚੰਗੇ ਕੈਂਡੀਡੇਟ ਜਿੱਤੇ ਆ ਔਰ ਮਾੜੇ ਕੈਂਡੀਡੇਟਾਂ ਦੀ ਬੜੀ ਵੱਡੀ ਤਦਾਦ ਵਿੱਚ ਹਾਰ ਹੋਈ ਆ ਖਾਸ ਕਰਕੇ ਉਹਨਾਂ ਲੋਕਾਂ ਦੀ ਜਿਹੜੇ ਸੋਚਦੇ ਸੀ ਕਿ ਅਸੀਂ ਪੈਸਾ ਦੇ ਕੇ ਜਾਂ ਸ਼ਰਾਬ ਵੰਡ ਕੇ ਇਲੈਕਸ਼ਨਾਂ ਜਿੱਤ ਸਕਦੇ ਆ ਉਹ ਸਾਰੇ ਹਾਰੇ ਆ ਵਧੀਆ ਵਧੀਆ ਹੋਇਆ ਵਧੀਆ ਮੰਡੇਟ ਆ ਅਗੇਨ ਮੈਂ ਪਰ ਇਹ ਵੀਡੀਓ ਵਿੱਚ ਖਾਸ ਉਹਨਾਂ ਯੂਥ ਦੇ ਬੱਚਿਆਂ ਦੇ ਲਈ ਮੈਂ ਵੀਡੀਓ ਬਣਾ ਰਿਹਾ ਕਿ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਇੱਕ ਇਲੈਕਸ਼ਨ ਰਿਜ਼ਲਟ ਦੇ ਪਿੱਛੇ ਤੁਸੀਂ ਆਪਣਾ ਦਿਲ ਨਾ ਹਾਰਿਓ ਤੁਸੀਂ ਪੰਜਾਬ ਦੇ ਲਈ ਖਲੋਤੇ ਸੀ ਸਾਫ਼ ਦਿਲ ਨਾਲ ਤੁਸੀਂ ਖਲੋਤੇ ਸੀ ਔਰ ਹਰ ਦਮ ਤੁਹਾਡਾ ਸਾਥ ਦੇਵਾਂਗੇ ਔਰ ਸਾਰੀ ਉਮਰ ਦੀ ਇਹ ਲੜਾਈ ਆ ਪੰਜਾਬ ਦੀ ਲੜਾਈ ਆ ਵੱਡੀ ਲੜਾਈ ਆ ਛੋਟੀਆਂ ਮੋਟੀਆਂ ਇੱਕ ਤੁਸੀਂ ਲੜਾਈ ਹਾਰਿਓ ਜੰਗ ਨਹੀਂ ਹਾਰੇ ਜੰਗ جاری ਆ ਔਰ ਆਪਾਂ ਸਾਰੇ ਜਿਹੜੇ ਭਾਵੇਂ ਕੋਈ ਆਮ ਆਦਮੀ ਪਾਰਟੀ ਚ ਆ ਕਾਲੀਆਂ ਚ ਆ ਕਾਂਗਰਸ ਚ ਆ ਜਾਂ ਕਿਸੇ ਵੀ ਨਾ ਪਾਰਟੀ ਚ ਹੋ ਕੇ ਨੌਨ ਪੋਲੀਟਿਕਲੀ ਸਪੋਰਟ ਕਰਦਾ ਜਾਂ ਕੰਮ ਕਰਦਾ ਅਸੀਂ ਸਾਰਿਆਂ ਦੇ ਨਾਲ ਆ ਔਰ ਇਕੱਠੇ ਹੋ ਕੇ ਆਪਾਂ ਕੰਮ ਕਰੀਏ ਔਰ ਗੈਨ ਆ ਵੱਡਾ ਮੌਕਾ ਵਾ ਇੱਕ ਨਵੀਂ ਉਮੀਦ ਦੀ ਕਰਨਿਆ ਪੰਜਾਬ ਦੇ ਲਈ ਕੀ ਰਵਾਇਤੀ ਪਾਰਟੀਆਂ ਤੋਂ ਜਿਹੜਾ ਸਾਡਾ ਖੇੜਾ ਛੁੱਟਿਆ ਔਰ ਆਈ ਥਿੰਕ ਅਸੀਂ ਸਾਰੇ ਯੂ ਨੋ ਬੈਸਟ ਆਫ ਲੱਕ ਕੇ ਨਿਆਂਬੰਦ ਵੀ ਪਾਰਟੀ ਨੂੰ ਔਰ ਬਾਕੀ ਨੌਜਵਾਨਾਂ ਨੂੰ ਵੀ ਕਹਿੰਨੇ ਆ ਕਿ ਅਸੀਂ ਤੁਹਾਡੇ ਨਾਲ ਖਲੋਤੇ ਆ ਹਰ ਦਮ ਖੜੇ ਰਵਾਂਗੇ ਔਰ ਅਗੇਨ ਸਾਰੀ ਉਮਰ ਆਪਾਂ ਲਿਖੀ ਹੈ ਕਿ ਪੰਜਾਬ ਦਾ ਭਲਾ ਕਰਨਾ ਪੰਜਾਬ ਦਾ ਅ ਅਗੇਨ ਉਹ ਮਾਡਲ ਜਿਹੜੀਆਂ ਆਪਾਂ ਗੱਲਾਂ ਕਰਦੇ ਸਾਂ ਜਿਹੜੀਆਂ ਚੀਜ਼ਾਂ ਆਪਾਂ ਬਾਹਰਲੇ ਦੇਸ਼ਾਂ 'ਚ ਵੇਖਦੇ ਆ ਕਿ ਅਸੀਂ ਇੱਕ ਦਿਨ ਪੰਜਾਬ ਨੂੰ ਵੀ ਇੰਨਾ ਸੋਹਣਾ ਬਣਾਉਣਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ 'ਚ ਨਾ ਆਉਣਾ ਪਵੇ ਖਾਸ ਕਰਕੇ ਇੱਕ ਵੱਡੀ ਐਗਜ਼ੈਂਪਲ ਹੈ ਯੂਕਰੇਨ ਦੀ ਵੀ ਐਗਜ਼ੈਂਪਲ ਹੈ ਧੰਨਵਾਦ